ਪਾਣੀ ਵਿੱਚ ਦੇ ਕੁੱਤੇ ਦੇ ਮੂੰਹ ਦੇ ਵਿੱਚ ਵੀ ਇੱਕ ਮਾਸ ਦਾ ਟੁਕੜਾ ਆ। ਪਰ ਬੱਚਿਓ ਇਸ ਤੋਂ ਪਹਿਲਾਂ ਕਿ ਉਸਦੇ ਮਨ ਦੇ ਅੰਦਰ ਦਾ ਲਾਲਚ ਜਾਗਦਾ, ਉਸ ਕੁੱਤੇ ਨੂੰ ਆਪਣੇ ਨਾਲ ਕੁਝ ਦਿਨ ਪਹਿਲਾਂ ਵਾਪਰੀ ਹੋਈ ਪੁਰਾਣੀ ਘਟਨਾ ਯਾਦ ਆ ਗਈ ਕਿ ਕਿਵੇਂ ਲਾਲਚ ਦੀ ਵਜ੍ਹਾ ਦੇ ਨਾਲ ਉਸਨੂੰ ਸਾਰਾ ਦਿਨ ਭੁੱਖੇ ਰਹਿਣਾ ਪਿਆ ਸੀ। ਸੋਚਿਓ ਉਸਨੇ ਆਪਣੇ ਲਾਲਚ ਨੂੰ ਛੱਡ ਕੇ ਇਹ ਸੋਚਿਆ ਕਿ ਜਿਹੜਾ ਉਸਦੇ ਮੂੰਹ ਵਿੱਚ ਮਾਸ ਦਾ ਟੁਕੜਾ ਹੈ ਉਹ ਉਸਦੇ ਲਈ ਕਾਫੀ ਹੈ, ਉਸਦੇ ਨਾਲ ਉਹ ਪੂਰੀ ਤਰ੍ਹਾਂ ਰੱਜ ਜਾਵੇਗਾ। ਇਸ ਕਰਕੇ ਬੱਚਿਓ ਉਹ ਚੁੱਪ ਚਾਪ ਉਸ ਪਰਛਾਵੇ ਨੂੰ ਅਣਦੇਖਿਆ ਕਰਕੇ ਆਪਣੇ ਘਰ ਵੱਲ ਨੂੰ ਤੁਰ ਪਿਆ। ਸੋ ਬੱਚਿਓ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣੀਆਂ ਗਲਤੀਆਂ ਤੋਂ ਸਬਕ ਸਿੱਖਣਾ ਚਾਹੀਦਾ ਆ ਅਤੇ ਉਹਨਾਂ ਨੂੰ ਵਾਰ ਵਾਰ ਨਹੀਂ ਦੁਹਰਾਉਣਾ ਚਾਹੀਦਾ, ਹਮੇਸ਼ਾ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਆ। ਰੱਖੂਗੇ ਨਾ ਯਾਦ?